ਅਜੀਤ ਵੈਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਵਰਨ ਸਿੰਘ ਟੈਣਾ ਦੋਸਤੋ 2017 ਦੀਆਂ ਵਿਧਾਨ ਸਭਾ ਚੋਣਾਂ ਦਾ ਦੰਗਲ ਪੰਜਾਬ ਦੇ ਵਿੱਚ ਪਖਦਾ ਜਾ ਰਿਹਾ ਲਗਾਤਾਰ ਲਗਾਤਾਰ ਇੱਕ ਦੂਜੇ ਦੇ ਉੱਤੇ ਸ਼ਬਦਾਂ ਦੀ ਵਾਸ਼ੜ ਕੀਤੀ ਜਾ ਰਹੀ ਹੈ ਦੋਸ਼ਾਂ ਦੀ ਵਾਸ਼ੜ ਕੀਤੀ ਜਾ ਰਹੀ ਹੈ ਪਰ ਇਹ ਸਭ ਦੇ ਦਰਮਿਆਨ ਸਭ ਦਾ ਧਿਆਨ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਉਹਦੇ ਕੰਮ ਕਰਨ ਦੇ ਟੰਗਾਂ ਦੇ ਵੱਲ ਤੇ ਕੁਝ ਕੁ ਜਿਹੜੇ ਦੋਸ਼ ਲੱਗ ਰਹੇ ਆ ਪਿਛਲੇ ਕੁਝ ਕ ਸਮੇਂ ਤੋਂ ਉਹਨਾਂ ਦੇ ਵੱਲ ਆਪ ਮੁਹਾਰੇ ਖਿੱਚਿਆ ਜਾਂਦਾ ਅੱਜ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਅੰਮ੍ਰਿਤਸਰ ਤੋਂ ਜ਼ੋਨ ਇੰਚਾਰਜ ਜੋ ਸਾਬਕਾ ਨੇ ਗੁਰਿੰਦਰ ਸਿੰਘ ਬਾਜਵਾ ਹੋਰੀ ਜਿਹੜੇ ਕਿ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੇ ਸਾਥੀ ਨੇ ਤੇ ਛੋਟੇਪੁਰ ਹੋਰਾਂ ਨੂੰ ਜਦੋਂ ਕਨਵੀਨਰੀ ਦੇ ਅਹੁਦੇ ਤੋਂ ਲਾਇਆ ਗਿਆ ਤਾਂ ਗੁਰਿੰਦਰ ਸਿੰਘ ਬਾਜਵਾ ਸਮੇਤ 7 ਜ਼ੋਨ ਇੰਚਾਰਜਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੇ ਖਿਲਾਫ ਅਸਤੀਫਾ ਦੇ ਦਿੱਤਾ ਹੈ ਉਹਨਾਂ ਦੇ ਕੋਲੋਂ ਅੱਜ ਅਸੀਂ ਪੁੱਛਾਂਗੇ ਕਿ ਆਮ ਆਦਮੀ ਪਾਰਟੀ ਦਾ ਤੁਸੀਂ ਪੁਵਿੱਖ ਕੀ ਮੰਨਦੇ ਹੋ ਕਿਹੜੀਆਂ-ਕਿਹੜੀਆਂ ਤੁਹਾਡੇ ਮਨ ਦੇ ਵਿੱਚ ਗੱਲਾਂ ਨੇ ਕੀ ਤੁਹਾਡੇ ਗਿਲੇ ਨੇ ਕੀ ਸ਼ਿਕਵੇ ਨੇ ਆਮ ਆਦਮੀ ਪਾਰਟੀ ਕੀ ਲੋਕਾਂ ਦੀ ਸੋਚ ਮੁਤਾਬਕ ਕੰਮ ਕਰ ਰਹੀ ਹੈ ਸੋ ਗੱਲਬਾਤ ਕਰਦੇ ਹਾਂ ਗੁਰਿੰਦਰ ਸਿੰਘ ਬਾਜਵਾ ਹੋਰਾਂ ਦੇ ਨਾਲ ਬਾਜਵਾ ਸਾਹਿਬ ਸਵਾਗਤ ਹੈ ਤੁਹਾਡਾ ਜੀ ਬਾਜਵਾ ਸਾਹਿਬ ਸਭ ਤੋਂ ਪਹਿਲਾਂ ਤਾਂ ਰਸਮੀ ਜਿਹਾ ਸਵਾਲ ਪੁੱਛਣਾ ਚਾਹਾਂਗੇ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਨਾਲ ਕਿਵੇਂ ਜੁੜੇ ਤੇ ਇਹ ਇਧਰ ਜੋੜਨ ਦਾ ਸਬੱਬ ਕਿਵੇਂ ਬਣਿਆ ਕਿਹਨੇ ਤੁਹਾਨੂੰ ਇਸ ਪਾਰਟੀ ਨਾਲ ਜੋੜਿਆ ਸੀ ਮੈਂ ਜੀ ਆਮ ਆਦਮੀ ਪਾਰਟੀ ਨਾਲ ਨਵੰਬਰ 2013 ਤੋਂ ਜੁੜਿਆ ਹਾਂ ਅਸੀਂ ਪੰਜ ਚਾਰ ਜਾਣੇ ਆਪਣਾ ਸਾਡਾ ਗਰੁੱਪ ਸੀ ਸੰਜੇ ਸਿੰਘ ਉਹਨਾਂ ਨਾਲ ਅਸੀਂ ਦਿੱਲੀ ਜਾ ਕੇ ਮਿਲੇ ਉੱਥੇ ਜਾ ਕੇ ਉਹਨਾਂ ਨੂੰ ਆਖਿਆ ਕਿ ਅਸੀਂ ਪਾਰਟੀ ਦੀਆਂ ਨੀਤੀਆਂ ਨਾਲ ਪਾਰਟੀ ਤੇ ਜਿਹੜਾ ਸਾਦਗੀ ਹੈ ਪਾਰਟੀ ਦੀ ਅਰਵਿੰਦ ਕੇਜਰੀਵਾਲ ਦੀ ਜਿਹੜੀ ਸਵਰਾਜ ਦੀ ਸੋਚ ਹੈ ਲੋਕਪਾਲ ਭ੍ਰਿਸ਼ਟਾਚਾਰ ਖਤਮ ਕਰਨਾ ਅਸੀਂ ਸਾਨੂੰ ਬਹੁਤ ਚੰਗੀਆਂ ਤੁਹਾਡੀਆਂ ਨੀਤੀਆਂ ਇਹ ਲਗੀਆਂ ਨੇ ਇਸ ਕਰਕੇ ਅਸੀਂ ਤੁਹਾਡੇ ਨਾਲ ਜੁੜਨਾ ਚਾਹੁੰਦੇ ਆ ਅਸੀਂ ਐਜ਼ ਅ ਵਾਰੰਟੀਅਰ ਉਹ ਪਾਰਟੀ ਨਾਲ ਮੈਂ 2009 ਨਵੰਬਰ 13 ਚ ਜੁੜਿਆ ਉਸ ਤੋਂ ਬਾਅਦ ਲੋਕ ਸਭਾ ਦੀ ਇਲੈਕਸ਼ਨ ਆ ਗਈ ਅਸੀਂ ਸਦਾ ਸੁੱਚਾ ਸਿੰਘ ਜੀ ਛੋਟੇਪੁਰ ਨਾਲ ਦਿਨ ਰਾਤ ਉਹ ਇਲੈਕਸ਼ਨ ਚ ਕੰਮ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਅਬਜ਼ਰਵਰ ਲਾ ਦਿੱਤਾ ਅਮਰ ਗਰਦਾਸਪੁਰ ਦਾ ਮੈਂ ਐਜ਼ ਅਬਜ਼ਰਵਰ ਕੰਮ ਕੀਤਾ ਗਰਦਾਸਪੁਰ ਉਸ ਤੋਂ ਬਾਅਦ 1.5 ਸਾਲ ਹੋ ਗਿਆ ਮੈਨੂੰ ਇਹਨਾਂ ਨੇ ਜ਼ੋਨ ਇੰਚਾਰਜ ਅਮਰਸਰ ਲਾਤਾ ਮੇਰੇ ਕੋਲ 13 ਹਲਕੇ ਨੇ ਅਮਰਸਰ ਦੇ ਤੇ ਅਮਰਸਰ ਚ ਮੈਂ ਡੇ ਰੋਜ ਜਾਂਦਾ ਵਾਂ ਰੋਜ ਆਉਂਦਾ ਵਾਂ ਬਜਵਾ ਸਾਹਿਬ ਇੱਕ ਸਵਾਲ ਇਹ ਵੀ ਆ ਕਿ ਕੀ ਤੁਸੀਂ ਪਾਰਟੀ ਦੇ ਵਿੱਚ ਆਉਣ ਤੋਂ ਬਾਅਦ ਛੋਟੇਪੁਰ ਹੋਰਾਂ ਨੂੰ ਜਾਣਨ ਲੱਗੇ ਜਾਂ ਪਾਰਟੀ ਦੇ ਵਿੱਚ ਆਉਣ ਤੋਂ ਪਹਿਲਾਂ ਵੀ ਤੁਹਾਡੀ ਮਿੱਤਰਤਾ ਸੀ ਛੋਟੇਪੁਰ ਸਾਹਿਬ ਨੂੰ ਮੈਂ ਪਹਿਲਾਂ ਤੋਂ ਜਾਣਦਾ ਸਾਡੇ ਜ਼ਿਲ੍ਹੇ ਦੇ ਸੀ ਪਿਛਲੇ ਆਪਣੇ 15 20 ਸਾਲ ਤੋਂ ਮੈਂ ਛੋਟੇ ਪਰ ਸਾਹਿਬ ਨੂੰ ਜਾਣਦਾ ਹਾਂ ਸਭ ਤੋਂ ਵੱਡਾ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਇਹ ਪੈਦਾ ਹੋ ਰਿਹਾ ਹੈ ਕਿ ਤੁਸੀਂ ਸੱਤ ਜ਼ੋਨ ਇੰਚਾਰਜ ਹਨ ਪ੍ਰੈਸ ਕਾਨਫਰੰਸ ਕਰਕੇ ਆਪਣੀ ਗੱਲ ਰੱਖੀ ਅਸਤੀਫੇ ਰੜਤੇ ਉਹ ਕਿਹੜੇ ਕਾਰਨ ਨੇ ਜਿਹਦੇ ਕਰਕੇ ਤੁਹਾਨੂੰ ਇਹ ਜਾਪਿਆ ਕਿ ਹੁਣ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਦੇਣੀ ਚਾਹੀਦੀ ਹੈ ਮੈਂ ਨਾ ਜੀ ਜਦੋਂ ਅਮਰਸਰ ਗਿਆ ਡੇਢ ਸਾਲ ਪਹਿਲਾਂ ਅਮਰਸਰ ਚ ਬਿਲਕੁਲ ਆਮ ਆਦਮੀ ਪਾਰਟੀ ਦਾ ਸਫਾਰਤ ਦੇ ਟੈਂਕਾ ਟੈਂਕਾ ਝਾੜੂ ਖਿਲ ਰਿਹਾ ਸੀ ਕੁਝ ਚੰਦ ਬੰਦੇ ਸੀ ਬਹੁਤ ਫੁੱਟ ਸੀ ਉੱਥੇ ਕੋਈ ਦਫਤਰ ਨਹੀਂ ਸੀ ਮੈਂ ਉੱਥੇ ਪਹਿਲੋ ਕੋਠੀ ਲਈ ਅਬਜ਼ਰਵਰ ਜਿਹੜੇ ਦਿੱਲੀ ਤੋਂ ਆਏ ਨੇ ਉਹਨਾਂ ਨੂੰ ਉੱਥੇ ਰਹਿਣ ਦਾ ਕੀਤਾ ਉਹਨਾਂ ਦੇ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਅਸੀਂ ਆਮ ਆਦਮੀ ਪਾਰਟੀ ਨੂੰ ਲੋਕਾਂ ਨਾਲ ਜੋੜਿਆ ਜੀ ਅਰਵਿੰਦ ਕੇਜਰੀਵਾਲ ਦੀ ਜਿਹੜੀਆਂ ਨੀਤੀਆਂ ਸੀ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਨਸ਼ਾ ਮੁਕਤ ਤੇ ਬੇਰਜਗਾਰੀ ਮੁਕਤ ਪੰਜਾਬ ਨੂੰ ਜਿਹੜਾ ਬਣਾਉਂਦਾ ਉਹਨਾਂ ਦਾ ਸੁਪਨਾ ਸੀ ਅਸੀਂ ਉਹ ਲੋਕਾਂ ਨੂੰ ਦੱਸਿਆ ਇਸ ਸਵਰਾਜ ਦੀ ਗੱਲ ਕੀਤੀ ਅਈ ਲੋਕਵਾਲ ਦੀ ਗੱਲ ਕੀਤੀ ਕਿ ਇਹ ਇੱਕ ਰਵਾਇਤੀ ਪਾਰਟੀ ਆ ਦੇ ਉਲਟ ਇੱਕ ਨਵੀਂ ਪਾਰਟੀ ਆਈ ਹੈ ਜਿਹੜੀ ਸਾਦਗੀ ਤੇ ਬਿਲਕੁਲ ਸਾਦਾ ਸਾਦਾ ਉਹਦੇ ਲੀਡਰ ਨੇ ਜਿਹੜੇ ਨੇ ਤੇ ਉਹ ਪੰਜਾਬ ਨੂੰ ਤੇ ਮੁਲਕ ਨੂੰ ਬਦਲਣਾ ਚਾਹੁੰਦੀ ਇਸ ਕਰਕੇ ਅਸੀਂ ਲੋਕਾਂ ਨੂੰ ਘਰ-ਘਰ ਜਾ ਕੇ ਪਾਰਟੀ ਦਾ ਸਨਾਹ ਦਿੱਤਾ ਆਪਣੇ ਵਰਕਰਾਂ ਨੂੰ ਘਰ-ਘਰ ਆਈ ਪੋਸਟਰ ਤੇ ਬੈਨਰ ਲਾ ਕੇ ਨਾਉ ਦੇ ਨਾਉ ਹਲਕੇ ਅਚ ਪਿੰਡ-ਪਿੰਡ ਘਰ-ਘਰ ਅਸੀਂ ਫਿਰੇ ਹਮਮ ਬਜਵਤ ਸਾਹਿਬ ਤੁਸੀਂ ਗੱਲ ਕੀਤੀ ਆ ਕਿ ਅਸੀਂ ਲੋਕਾਂ ਤੱਕ ਸੰਪਰਕ ਕਾਇਮ ਕੀਤਾ ਅਸੀਂ ਘਰ-ਘਰ ਦੇ ਵਿੱਚ ਗਏ ਜਦੋਂ ਛੋਟੇ ਪਰ ਹੋਰਾਂ ਨੂੰ ਕਨਵਿਨਿਰੀ ਤੋਂ ਲਾ ਦਿੱਤਾ ਗਿਆ ਕੀ ਤੁਹਾਨੂੰ ਪਾਰਟੀ ਦੇ ਆਪਣੇ ਨਾਲ ਜੋੜੀ ਰੱਖਣ ਦੇ ਲਈ ਕੋਈ ਗੱਲ ਕਹੀ ਕੋਈ ਲਾਲਚ ਦਿੱਤਾ ਜਾਂ ਜੁੜੇ ਰਹਿਣ ਦੇ ਲਈ ਪ੍ਰੇਰਿਤ ਕੀਤਾ ਜਾਂ ਫਿਰ ਤੁਸੀਂ ਪੱਕੇ ਤੌਰ ਦੇ ਉੱਤੇ ਫੈਸਲਾ ਕਰ ਲਿਆ ਕਿ ਜੇ ਸਾਡਾ ਯਾਰ ਨਹੀਂ ਪਾਰਟੀ ਦੇ ਵਿੱਚ ਤਾਂ ਅਸੀਂ ਵੀ ਕਿਉਂ ਰਹਿਣਾ ਨਹੀਂ ਜੀ ਨਹੀਂ ਇਹ ਗੱਲ ਨਹੀਂ ਹੋਈ ਅਸੀਂ ਤੇ ਇਹ ਪਾਰਟੀ ਨੂੰ 3 ਸਾਲ ਆਪਣੇ ਖੂਨ ਪਸੀਨੇ ਨਾਲ ਸਿੰਜ ਕੇ ਇੱਥੋਂ ਤੱਕ ਪਹੁੰਚਾਇਆ ਘਰ ਘਰ ਸਾਡੇ ਵਾਰੰਟੀਅਰ ਨੇ ਪੋਸਟਰ ਲਾਏ ਘਰ ਘਰ ਸਟicker ਲਾਏ ਜਿਹੜੇ ਸਟicker ਅਹੀ ਹਰ ਘਰ ਦੇ ਦਰਵਾਜ਼ਾ ਖੜਕਾ ਕੇ ਲਾਉਂਦੇ ਸੀ ਕਈ ਵਾਰ ਸਾਡੇ ਵਾਰੰਟੀਆ ਦੇ ਗੱਲ ਪਏ ਅਕਾਲੀ ਦਲ ਵਾਲੇ ਭਾਜਪੀ ਵਾਲੇ ਡਾਂਗਾ ਲੈ ਕੇ ਆਪਣੇ ਕਾਂਗਰਸ ਵਾਲੇ ਸਾਡਾ ਵਾਰੰਟੀਆ ਜਿਹੜਾ ਸੀ ਉਹ ਉਹਦੇ ਚ ਇੱਕ ਜਨੂੰਨ ਸੀ ਉਹ ਵੀ ਪਾਰਟੀ ਨੂੰ ਆ ਆਜੀ ਪੰਜਾਬ ਨੂੰ ਇੱਕ ਆਜ਼ਾਦੀ ਦਿਵਾਉਣੀ ਇੱਕ ਤਾਂ 47 ਚ ਮਿਲੀ ਹੈ ਇੱਕ ਅਸੀਂ ਆਜ਼ਾਦੀ ਹੁਣ ਦਿਵਾਉਣੀ ਹੈ ਇੰਨੀ ਮਿਹਨਤ ਕਰਨ ਦੇ ਬਾਵਜੂਦ ਜਦੋਂ ਹੁਣ ਟਿਕਟਾ ਦੀ ਵਾਰੀ ਆਈ ਟਿਕਟਾ ਜਦੋਂ ਭਗਵੰਤ ਮਾਨ ਸਾਡੀ ਆ ਗਈ ਉੱਥੇ ਰੈਲੀਆ ਕਰਦੇ ਰਹੇ ਉਹਦੇ ਜਾਂਦੇ ਰਹੇ ਕਿ ਬੰਤੇ ਸਾਈਕਲਾ ਵਾਲੇ ਨੂੰ ਔਰ ਸੰਤੇ ਚੱਕੀ ਵਾਲੇ ਨੂੰ ਪੈਂਚਰਾ ਵਾਲੇ ਨੂੰ ਅਸੀਂ ਟਿਕਟਾ ਦੇ ਦੇਣੀ ਆ ਤੇ ਵਾਰੰਟੀਅਰ ਨੂੰ ਆਂਦੇ ਤੁਹਾਡੇ ਚੋਂ ਹੀ ਦੇਣੀ ਆ ਵਾਰੰਟੀਅਰ ਸਮਝ ਲੱਗ ਗਿਆ ਕਿ ਟਿਕਟਾ ਸਾਡੇ ਕੋਲ ਜੇ ਮਿਲਦੀਆਂ ਹੁਣ ਜਦੋਂ ਇਹਨਾਂ ਨੇ ਟਿਕਟਾ ਦੀ ਵੰਡ ਕੀਤੀ ਐ ਇਹਨਾਂ ਨੇ ਪੈਸੇ ਲੈ ਕੇ ਤੇ ਅਮੀਰ ਬੰਦਿਆਂ ਨੂੰ ਟਿਕਟਾ ਦੇ ਦਿੱਤੀ ਆ ਦਲ ਬਦਲੂ ਜਿਹੜੇ ਦੂਸਰੀਆ ਪਾਰਟੀਆਂ ਛੱਡ ਕੇ ਆਏ ਉਹਨਾਂ ਨੂੰ ਟਿਕਟਾ ਦਿੱਤੀ ਆ ਜਦੋਂ ਕਿ ਸਟੇਟ ਦੀ ਲੀਡਰਸ਼ਿਪ ਆਪ ਜਿਹੜਾ ਹੈ ਭਗਵੰਤ ਮਾਨ ਦੇ ਬਿਆਨ ਵੀ ਨੇ ਤੇ ਜਿਹੜੇ ਸਾਡੇ ਦਰਗੇਸ਼ ਪਾਟਕ ਤੇ ਸੰਜੇ ਸਿੰਘ ਉਹਨਾਂ ਨੇ ਬਿਆਨ ਦਿੱਤੇ ਦਲ ਬਦਲੂ ਨੂੰ ਬਿਲਕੁਲ ਟਿਕਟ ਨਹੀਂ ਦਿੱਤੀ ਜਾਏਗੀ ਇਸ ਕਰਕੇ ਸਾਡੇ ਵਾਰੰਟੀਅਰ ਸਮਝਦੇ ਸੀ ਕਿ ਟਿਕਟਾ ਸਾਡੇ ਮਿਲਦੀਆਂ ਜਦੋਂ ਹੁਣ ਇਹਨਾਂ ਨੇ ਅਮੀਰ ਬੰਦਿਆਂ ਨੂੰ ਤੇ ਪੈਸੇ ਲੈ ਕੇ ਤੇ ਦਲਬਦਨ ਟਿਕਟਾਂ ਦੇਤੀਆਂ ਨੇ ਤਾਂ ਵਾਰੰਟੀਅਰ ਜਿਹੜਾ ਉਹ ਉਹ ਬਹੁਤ ਨਰਾਸ਼ ਹੋਇਆ ਉਹਦਾ ਚ ਜਿਹੜਾ ਜਨੂੰਨ ਸੀ ਉਹ ਖਤਮ ਹੋ ਗਿਆ ਉਹ ਅਰਵਿੰਦ ਕੇਜਰੀਵਾਲ ਨੂੰ ਸਾਡੇ ਤਿੰਨ ਹਲਕੇ ਸੀ ਅਮਰਸਰ ਤਿੰਨਾ ਹਲਕਿਆਂ ਚ ਜਿਹੜੀਆਂ ਟਿਕਟਾਂ ਪਾਰਟੀ ਦੇ ਵਰਕਰਾਂ ਨੂੰ ਨਹੀਂ ਦਿੱਤੀਆਂ ਗਈਆਂ ਅਮੀਰ ਬੰਦਿਆਂ ਦਿੱਤੀਆਂ ਗਈਆਂ ਨੇ ਉਹ ਬੰਦੇ ਜਿਹਨਾਂ ਦਾ ਪਾਰਟੀ 'ਚ ਕੰਮ ਨਹੀਂ ਉਹ ਸਾਰੇ ਵਾਰੈਂਟੀਅਰ ਇਕੱਠੇ ਹੋ ਕੇ ਅਰਵਿੰਦ ਕੇਜਰੀਵਾਲ ਕੋ ਗਏ ਕੇਜਰੀਵਾਲ ਜੀ ਨੂੰ ਪਹਿਲੋ ਤੇ ਉਹ ਮਿਲਦੇ ਨਹੀਂ ਤਿੰਨ ਦਿਨ ਉੱਥੇ ਰਹਿ ਕੇ ਜਦੋਂ ਮਿਲੇ ਉਹਨਾਂ ਨੇ ਆਖਿਆ ਆਪਣੀ ਸ਼ਿਕਾਇਤ ਦੱਸੀ ਉਹਨਾਂ ਨੇ ਤੇ ਉਹ ਆਂਦੇ ਵੀ ਮੈਂ ਦਰਗੇਸ਼ ਪਾਟਕ ਨੂੰ ਤੇ ਸੰਜੇ ਸਿੰਘ ਅਨੰਦ ਕਹਿ ਦੇਣਾ ਤੁਸੀਂ ਉਹਨਾਂ ਨੂੰ ਜਾ ਕੇ ਮਿਲਿਓ ਉਹ ਆਂਦੇ ਉਹ ਤੇ ਮੁੱਲ ਜਾਵੇਂ ਅਸੀਂ ਉਹਨਾਂ ਨੂੰ ਤੇ ਕਹਿਣਾ ਵੀ ਉਹਨਾਂ ਨੇ ਪੈਸੇ ਲੈ ਕੇ ਟਿੱਟਾ ਦਿੱਤੀਆ ਤੇ ਤੁਸੀਂ ਉਹਨਾਂ ਨੂੰ ਕਿ ਆਖਦੇ ਹੋ ਆਂਦੇ ਜੀ ਮੈਂ ਹੋਰ ਕੁਝ ਨਹੀਂ ਕਰ ਸਕਦਾ ਉਹਨਾਂ ਨੇ ਜਾ ਕੇ ਤੁਸੀਂ ਮਿਲੋ ਵਾਰੰਟੀ ਆ ਰਾਇ ਉਹਨਾਂ ਨੇ ਫਿਰ ਜ਼ੋਨਲ ਆਫਿਸ ਮੀਟਿੰਗ ਰੱਖੀ ਉਹਨਾਂ ਨੇ ਸਾਰੀ ਗੱਲ ਮੈਨੂੰ ਦੱਸੀ ਵੀ ਆਹ ਗੱਲ ਹੋਈ ਏ ਉੱਥੇ ਅਸੀਂ ਤੇ ਪਹਿਲੋ ਮੈਂ ਵੀ ਪਹਿਲੋ ਸਮਝਦਾ ਸੀ ਕਿ ਜਿਹੜੇ ਪੈਸੇ ਆ ਉਹ ਉੱਪਰਲੇ ਲੈਵਲ ਤੇ ਜਿਹੜੇ ਆਬਜ਼ਰਵਰ ਆਏ ਦਰਗੇਜਪਾਟ ਜੀ ਸੰਜੇ ਸਿੰਘ ਇਹਨਾਂ ਤੱਕ ਹੀ ਨੇ ਗਾ ਨਹੀਂ ਗਏ ਪਰ ਹੁਣ ਪਤਾ ਲੱਗਾ ਕਿ ਅਰਵਿੰਦ ਕੇਜਰੀ ਅਲਦੀ ਸਾਰੀ ਸ਼ਹਿਨ ਵਾਲੇ ਪੈਸੇ ਲੈ ਗਏ ਨੇ ਉਹਨਾਂ ਦੀ ਸ਼ਹਿਨਾਈ ਟਿਕਟਾਂ ਦਿੱਤੀਆਂ ਗਈਆਂ ਨੇ ਇਸ ਕਰਕੇ ਸਾਡਾ ਵਾਰੰਟੀਰ ਪਰੇਮ ਦੇ ਵਿੱਚ ਸਵਾਲੇ ਜ਼ਰੂਰ ਆਉਂਦਾ ਹੈ ਤੁਸੀਂ ਵੀ ਦੋਸ਼ ਲਾਉਨੇ ਹੋ ਕਿ ਆਮ ਆਦਮੀ ਪਾਰਟੀ ਪੈਸੇ ਲੈ ਕੇ ਟਿਕਟਾਂ ਦਿੰਦੀ ਹੈ ਕਈ ਹੋਰ ਸੱਜਣ ਵੀ ਲਾ ਰਹੇ ਪਰ ਕੀ ਕਿਸੇ ਦੇ ਕੋਲ ਕੋਈ ਸਬੂਤ ਹੈ ਕਿ ਮੈਥੋਂ ਪੈਸੇ ਮੰਗੇ ਸੀ ਮੈਂ ਦਿੱਤੇ ਨੇ ਜਾਂ ਦੇਣ ਦੀ ਅਜੇ ਕੋਸ਼ਿਸ਼ ਕਰ ਰਿਹਾ ਸੀ ਕਿ ਆ ਸਾਰਾ ਪਟਾਕਾ ਪੈਗ ਇਹ ਪੈਸੇ ਜਿਹੜੇ ਆ ਇਹ ਆਪਣੇ ਹਿਸਾਬ ਨਾਲ ਹੀ ਬੰਦਿਆ ਕੋਲ ਪੈਸੇ ਲੈਂਦੇ ਉਤੋਂ ਇਸ ਤੋਂ ਵੱਡਾ ਹੋਰ ਸਬੂਤ ਕੀ ਹੋ ਸਕਦਾ ਕਿ ਅਮੀਰ ਬੰਦੇ ਤੇ ਦਲ ਬਦਲਣ ਟਿਕਟਾ ਦਿੱਤੀਆ ਉਹ ਬੰਦੇ ਜਿਹੜੇ 60 ਵੋਟਾਂ ਨਾਲ ਐਮ ਸੀ ਦੀ ਇਲੈਕਸ਼ਨ ਹਾਰੇ ਹੋਣ ਪਿੱਛੋਂ ਨਾਲ ਪਛੋਕਰ ਕਾਂਗਰਸ ਦਾ ਹੋਏ ਫਿਰ ਉਤ ਤੋਂ ਬਾਅਦ ਕਾਲੀ ਦਲ ਦਾ ਹੋਏ ਤੇ 60 ਵੋਟਾਂ ਨਾਲ ਐਮ ਸੀ ਦੀ ਇਲੈਕਸ਼ਨ ਹਾਰੇ ਹੋਣ ਤੇ ਉਹਨਾਂ ਨੂੰ ਟਿਕਟਾ ਦਿੱਤੀਆ ਇਸ ਤੋਂ ਵੱਡਾ ਹੋਰ ਸਬੂਤ ਕੀ ਹੋ ਸਕਦਾ ਬਾਜਪਾ ਸਾਹਿਬ ਇੱਕ ਜਿੰਸੀ ਸ਼ੋਸ਼ਨ ਦੇ ਦੋਸ਼ ਬੜੇ ਲੱਗ ਰਹੇ ਆ ਪਿਛਲੇ 2 ਢਾਈ ਮਹੀਨਿਆਂ ਤੋਂ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਦੇ ਉੱਤੇ ਦੋਸ਼ ਲੱਗੇ ਜਾਂਦੇ ਆ ਕਿ ਟਿਕਟਾਂ ਦੇ ਬਦਲੇ ਔਰਤਾਂ ਦਾ ਸਰੀਰਕ ਸ਼ੋਸ਼ਣ ਕੀਤਾ ਜਾ ਰਿਹਾ ਕਿੰਨਾ ਕੁ ਸਹਿਮਤ ਹੋ ਇਸ ਗੱਲ ਦੇ ਨਾਲ ਵਿ ਕੋਈ ਨਾ ਦਾ ਐਮਐਲਏ ਜਿਹੜਾ ਸ਼ਰਾਬ ਤੇ ਉਹਨੇ ਹੀ ਦੋਸ਼ ਲਾਏ ਉਹ ਐਮਐਲਏ ਦੀ ਇਹਨਾਂ ਨੇ ਪਹਿਲਾਂ ਉਹਨੂੰ ਟਿਕਟ ਦਿੱਤੀ ਲੋਕਾਂ ਨੇ ਉਹਨੂੰ ਚੁਣਿਆ ਉਹ ਬੰਦਾ ਇਹਦਾ ਮਤਲਬ ਲੋਕਾਂ ਨੇ ਵਧੀਆ ਬੰਦਾ ਜੇ ਲੋਕਾਂ ਨੇ ਚੁਣ ਲਿਆ ਇਹਨਾਂ ਨੇ ਟਿਕਟ ਦਿੱਤੀ ਅੱਜ ਉਹੋ ਹੀ ਆਪਣੇ ਜਿਹੜੇ ਸੀਨੀਅਰ ਲੀਡਰ ਹੈ ਉਹਨਾਂ ਤੇ ਜੇ ਦੋਸ਼ ਲਾਉਂਦੇ ਆ ਤੇ ਇਹਨਾਂ ਨੂੰ ਜਾਂਚ ਕਰਾਉਣੀ ਚਾਹੀਦੀ ਹੈ ਜੇ ਛੋਟੇਪਰ ਸਾਹ ਤੇ ਇਹਨਾਂ ਨੇ ਸਟ੍ਰਿੰਗ ਦਾ ਕੀਤਾ ਉਹ ਅਜੇ ਜਨਤਕ ਵੀ ਨਹੀਂ ਕੀਤਾ ਤੇ ਉਹਨਾਂ ਨੂੰ ਇਹਨਾਂ ਨੇ ਅਹੁਦੇ ਤੋਂ ਵੀ ਲਾਤਾ ਤੇ ਜਿਨ੍ਹਾਂ ਤੇ ਉਹ ਸੀਨੀਅਰ ਲੀਡਰ ਜਿਹੜੇ ਆ ਪਾਰਟੀ ਦੇ ਉਹਨਾਂ ਤੇ ਜੇ ਦੋਸ਼ ਲੱਗੇ ਆ ਤੇ ਇਹਨਾਂ ਨੂੰ ਉਹਦੀ ਇਨਕੁਆਇਰੀ ਕਰਾ ਉਹਦੇ ਬਜਾਇ ਸ਼ਰਾਵਤ ਨੂੰ ਵੀ ਪਾਰਟੀ ਚੋਂ ਕੱਢਤਾ ਇਹਨਾਂ ਦੇ ਤੇ ਜਿਹੜਾ ਖਿਲਾਫ ਕੋਈ ਬੋਲਦਾ ਏ ਉਹਨੂੰ 1 ਮਿੰਟ ਲੁੰਦੇ ਪਾਰਟੀ ਚੋਂ ਕੱਢਣ ਲੱਗਿਆ ਕੋਈ ਕਾਇਦਾ ਕਾਨੂੰਨ ਨਹੀਂ ਕੋਈ ਇਹਨਾਂ ਦੀ ਇਹ ਨਹੀਂ ਵੀ ਆਪਾਂ ਕਿਸੇ ਅਸੂਲਾ ਤੇ ਆ ਜਿਹੜੀ ਇਹ ਕਹਿੰਦੇ ਆ ਵੀ ਇਹ ਪਾਰਟੀ ਅਸੂਲਾ ਦੇ ਆਧਾਰ ਤੇ ਆ ਇਹ ਪਾਰਟੀ ਕਰਪਸ਼ਨ ਦੇ ਸਾਬ ਇਹ ਗੱਲਾਂ ਕਹਿਨ ਨੂੰ ਹੀ ਆ ਅਸਲ ਚ ਇਹ ਆਪਣੀਆਂ ਜਿਹੜੀਆਂ ਗੱਲਾਂ ਕਿਸੇ ਗੱਲ ਤੇ ਵੀ ਇਹ ਪੂਰੀ ਨਹੀਂ ਉਤਰੀ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਲੋਕ ਲਹਿਰ ਬਣ ਰਹੀ ਹੈ ਪਰ ਫਿਰ ਵੀ ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਪ੍ਰਤੀ ਲੋਕਾਂ ਦੀ ਖਿੱਚ ਹੈਗੀ ਆ ਅਸੀਂ ਬਾਗ ਦੇ ਪੁਰਾਣੇ ਦੇ ਵਿੱਚ ਦੇਖਿਆ ਇਕੱਠ ਚੋਖਾ ਸੀਗਾ ਤੁਸੀਂ ਕੀ ਮੰਨਦੇ ਹੋ ਕਿ ਜਿੰਨੀ ਬਗਾਵਤ ਹੋ ਰਹੀ ਹੈ ਜਿੰਨੇ ਕੋ ਪੋਤੜੇ ਫੋਲੇ ਜਾ ਰਹੇ ਆ ਪਾਜ ਉਦੇੜੇ ਜਾ ਰਹੇ ਆ ਉਹਦੇ ਨਾਲ ਆਮ ਆਦਮੀ ਪਾਰਟੀ ਦਾ ਕੋਈ ਨੁਕਸਾਨ ਹੁੰਦਾ ਤੁਹਾਨੂੰ ਦਿਸ ਰਿਹਾ ਜਾਂ ਫਿਰ ਨਹੀਂ ਆਮ ਆਦਮੀ ਪਾਰਟੀ ਅਗਲੇ 2 ਮਹੀਨਿਆਂ ਚ ਪੰਜਾਬ ਦੀ ਜਿਹੜੀ ਸਿਆਸਤ ਚੋਂ ਅਲੋਪ ਹੋ ਜੇਗੀ ਅਸੀਂ ਗਰਾਉਂਡ ਲੈਵਲ ਤੇ ਅਸੀਂ ਕੰਮ ਕੀਤਾ ਸਾਡੇ ਜ਼ੋਨ ਚਾਰ ਜਿਹੜੇ ਸੱਤ ਸਾਡੇ ਨਾਲ ਖੜੇ ਨੇ ਉਸ ਤੋਂ ਬਾਅਦ ਜਿਹੜੇ ਛੇ ਉਹ ਵੀ ਸਾਡੇ ਸੰਪਰਕ ਚ ਨੇ ਜੇ ਉਹ ਨਹੀਂ ਵੀ ਹੁੰਦੇ ਤੇ ਉਸ ਤੋਂ ਹੇਠਲੇ ਲੈਵਲ ਤੇ ਜਿੰਨੇ ਇਹਨਾਂ ਦਾ ਕੇਡਰ ਹੈ ਉਹ 60 70% ਸਾਡੇ ਨਾਲ ਖੜਿਆ ਅਸੀਂ ਅਗਲੇ ਮਹੀਨੇ 16 ਤਰੀਕ ਤੱਕ ਪਰਵਤਨ ਯਾਤਰਾ ਜਿਹੜੀ ਛੋਟੇਪੁਰ ਸਾਹਿਬ ਕਰ ਰਹੇ ਨੇ ਉਹ ਖਤਮ ਹੋ ਜਾਣੀ ਹੈ ਉਸ ਤੋਂ ਬਾਅਦ ਅਸੀਂ ਕੋਈ ਫੈਸਲਾ ਲੈ ਲੈਣਾ ਹੈ ਨਵੀਂ ਪਾਰਟੀ ਬਣਾਉਣੀ ਜੋ ਵੀ ਜਾਂ ਸਾਰੇ ਪੰਜਾਬ ਦੇ ਹਤਾਸ਼ੀਆਂ ਨੂੰ ਇਕੱਠਾ ਕਰਕੇ ਜੋ ਵੀ ਇੱਕ ਫੈਸਲਾ ਲੈਣਗੇ ਛੋਟੇਪੁਰ ਸਾਹਿਬ ਉਸ ਤੋਂ ਬਾਅਦ ਅਸੀਂ ਅੱਗੇ 16 16 ਘੰਟੇ ਆਮ ਆਦਮੀ ਪਾਰਟੀ ਲਈ ਕੰਮ ਕਰਦੇ ਰਹਾਂ ਅਸੀਂ 20 22 22 ਘੰਟੇ ਕੰਮ ਕਰਾਂਗੇ ਜਿਹੜਾ ਰੁੱਖ ਅਸੀਂ 3 ਸਾਲਾਂ ਚ ਇੰਨਾ ਵੱਡਾ ਕੀਤਾ ਹੈ ਉਹ ਲੋਕਾਂ ਨੂੰ ਹੁਣ ਦੱਸਾਂਗੇ ਪੰਜਾਬ ਦੇ ਲੋਕਾਂ ਨੂੰ ਕਿ ਜਿਹੜਾ ਝਾੜੂ ਅਸੀਂ ਤੁਹਾਨੂੰ ਆਖਿਆ ਸੀ ਕਿ ਇਹ ਸਫਾਈ ਪੰਜਾਬ ਦੀ ਕਰੇਗਾ ਅਸਲ ਕਿ ਆਪਣੇ ਜਿੰਨੇ ਅਸੂਲ ਹੈ ਜਿੰਨੇ ਕਾਇਦੇ ਕਾਨੂੰਨ ਹੈ ਉਹਨਾਂ ਸਾਰਿਆਂ ਨੂੰ ਛਿੱਕੇ ਟੰਡ ਤੰਗ ਕੇ ਇਹ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਅੰਦੋਲਨ ਚੋ ਇਹ ਪਾਰਟੀ ਬਣੀ ਸੀ ਪਰ ਅੱਜ ਆਪ ਭ੍ਰਿਸ਼ਟਾਚਾਰ ਦੇ ਮੁੱਦੇ 'ਚ ਫਸੀ ਹੋਈ ਹੈ ਅਸੀਂ ਇੱਕੇ ਗੱਲ ਲੋਕਾਂ ਦੇ ਘਰ ਪਚਾਵਾਗੇ ਲੋਕਾਂ ਤੱਕ ਪਚਾਵਾਗੇ ਅਸੀਂ ਆਪਣੇ ਮਨ ਚੋ ਇਹ 3 ਸਾਲ ਦਾ ਜਿਹੜਾ ਕੰਮ ਕੀਤਾ ਹੈ ਸਾਡੇ ਮਨ ਚ ਜਿਹੜਾ ਉਹ ਇੱਕ ਭਾਰ ਸੀ ਉਹ ਅਸੀਂ ਲਾ ਦੇਣਾ ਕਿ ਲੋਕਾਂ ਦੇ ਪਾਲੇ ਚਾਹੀ ਗੇਂਦ ਪਾ ਦੇਣੀ ਹੈ ਅੱਗੋਂ ਲੋਕਾਂ ਦਾ ਫੈਸਲਾ ਜੋ ਵੀ ਉਹ ਕਰਨਗੇ ਅਸਲੀਅਤ ਅਸੀਂ ਲੋਕਾਂ ਨੂੰ ਦੱਸ ਦੇਣੀ ਹੈ ਤੁਸੀਂ ਗੱਲ ਕੀਤੀ ਹੈ ਕਿ 2 ਮਹੀਨੇ ਦੇ ਵਿੱਚ ਵਿੱਚ ਆਮ ਆਦਮੀ ਪਾਰਟੀ ਦਾ ਸਫਾਇਆ ਕਰ ਦਿਓਗੇ ਤੁਹਾਡੇ ਨਾਲ ਬਹੁਤ ਵੱਡੇ ਪੱਦਰ ਦੇ ਉੱਤੇ ਵਰਕਰ ਜੁੜੇ ਹੋਏ ਆ ਵਲੰਟੀਅਰ ਜੁੜੇ ਹੋਏ ਆ ਜਿਹੜੀ ਪਾਰਟੀ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਵਿੱਚ ਪੈਰ ਪੱਕੇ ਕਰਦੀ ਹੋਵੇ ਕੀ ਉਹਨੂੰ 2 ਮਹੀਨਾ ਦੇ ਵਿੱਚ ਤੁਸੀਂ ਢਾ ਸਕਦੇ ਹੋ ਬਿਲਕੁਲ ਢਾ ਸਕਦੇ ਆ ਜਦੋਂ ਵਰਕਰਾਂ ਨੂੰ ਇਹਨਾਂ ਦੀ ਅਸਲੀਅਤ ਪਤਾ ਲੱਗੇਗੀ ਆ ਜਿਹੜੀ ਆ ਤੁਹਾਡੇ ਨਾਲ ਮੈਂ ਗੱਲਾਂ ਕਰ ਰਹੀ ਆ ਕੋਈ ਇਹਦੇ ਚ 1% ਝੂਠ ਨਹੀਂ ਇਹ ਪੈਸਾ ਇਹਨਾਂ ਨੇ ਪੈਸਾ ਸਿਰਫ ਇਹ ਪੰਜਾਬ ਨੂੰ ਲੁੱਟਣ ਆਏ ਨੇ ਮੈਂ ਤੁਹਾਨੂੰ ਉਹਦੀ ਇੱਕ ਮਿਸਾਲ ਦੇਣਾ ਕਿ ਇਹਨਾਂ ਨੇ ਪਿੱਛੇ ਫੰਡ ਰੇਜ਼ਿੰਗ ਕੀਤਾ ਅਮਰ ਸਾਰੇ ਪੰਜਾਬ 'ਚ ਇਹਨਾਂ ਨੇ ਫੰਡ ਰੇਜ਼ਿੰਗ ਕੀਤਾ ਅਸੀਂ ਅਮਰਸਾਰ 'ਚ ਫੰਡ ਰੇਜ਼ਿੰਗ ਦਾ ਜਿਹੜਾ ਡਿਨਰ ਦਾ ਪ੍ਰੋਗਰਾਮ ਹੀ ਕੀਤਾ 10000 ਦੀ ਪਲੇਟ ਰੱਖੀ ਉਹਦੇ ਜਿਸੀ ਡਾਕਟਰ ਜਿਹੜੇ ਸਹਿਬਾਨ ਉਥੋਂ ਦੇ ਉਥੋਂ ਦੇ ਅਮੀਰ ਲੋਕ ਚੰਗੇ ਲੋਕ ਜਿਹੜੇ ਉਹ ਅਸੀਂ ਬੁਲਾਏ ਰਾਤ 22.5 ਲੱਖ ਰੁਪਏ ਇਕੱਠਾ ਉਹ 22.5 ਲੱਖ ਰੁਪਏ ਦੇ ਇਕੱਠਾ ਹੋਇਆ ਜਿਹੜਾ ਉਹ ਅਸੀਂ ਹਫਤਾ 10 ਦਿਨ ਚੋ ਕੂਪਨ ਵੇਚੇ ਦਿੱਲੀ ਤੋਂ ਜਿਹੜਾ ਦਰਗੇਸ਼ ਪਾਟਕ ਏ ਉਹਦੇ ਨਾਲ ਇੱਕ ਮੁੰਡਾ ਕਪਲ ਏ ਜਿਹੜਾ ਲੁਧਿਆਣੇ ਦਾ অবজারভার ਏ ਉਹ ਰਾਤ ਹੀ ਬੈਗ ਲੈ ਕੇ ਆ ਗਿਆ ਅੰਦਾ ਵੀ 12 ਵਜੇ ਡਿਨਰ ਖਤਮ ਹੋਇਆ ਤੇ ਆਂਦਾ ਪੈਸੇ ਦੇਉ ਦਾ ਹੀ ਦਿੱਲੀ ਖੜਨੇ ਆ ਮੈਂ ਉਹਨੂੰ ਆਖਿਆ ਵੀ ਪੈਸੇ ਇੱਥੇ ਅਕਾਊਂਟ ਖਲਾ ਕੇ ਤੁਸੀਂ ਰੱਖੋ ਜਦੋਂ ਪੈਸੇ ਦੀ ਪਾਰਟੀ ਦੀ ਜਰੂਰਤ ਹੁੰਦੀ ਹੈ ਸੀ ਉੱਥੋਂ ਘਟਾ ਲਾ ਕੇ ਆਂਦੇ ਜਦੋਂ ਤੁਹਾਨੂੰ ਜਰੂਰਤ ਹੋएगी ਰੈਲੀ ਆਲੀ ਬੱਸਾਂ ਲਈ ਇਹ ਦੇ ਦਾਂਗੇ ਉਹ ਰਾਤ ਹੀ ਮੈਂ ਉਹਨੂੰ ਕਿਹਾ ਸਵੇਰੇ ਲੱਲੀ ਪੈਸੇ ਉਹ ਆਂਦਾ ਨਹੀਂ ਰਾਤ ਹੀ ਖੜਨੇ ਆ ਰਾਤ ਮੈਂ ਕੈਸ਼ੀਅਰ ਜਿਹੜਾ ਸਾਡੇ ਤਰਸੀਮ ਸਾਹੀ ਉਹਨਾਂ ਨੂੰ ਆਖਿਆ ਪੈਸੇ ਲੈ ਕੇ ਆਓ ਉਹ ਲੈ ਗਿਆ ਸਵੇਰੇ 4 4:30 ਤੱਕ ਉਹ ਪੈਸੇ ਗਿੰਦੇ ਰਹੇ ਲੈ ਕੇ ਤੇ ਦਿੱਲੀ ਚਲੇ ਗਿਆ ਉਸ ਤੋਂ ਬਾਅਦ ਸਾਡੀ ਆ ਰੈਲੀ ਆਈਆ ਇੱਕ ਪੈਸਾ ਨਹੀਂ ਉਹਨਾਂ ਨੇ ਸਾਨੂੰ ਦਿੱਲੀ ਤੁਸੀਂ ਗੱਲ ਕੀਤੀ ਬਾਜਵਾ ਸਾਹਿਬ ਕਿ ਉਹ ਪੈਸੇ ਲੈ ਗਏ ਰਾਤ ਨੂੰ ਹੀ ਆਪਣੇ ਕਿ ਉਹਨਾਂ ਨੇ ਪਾਲੇ ਪਰ ਤੁਸੀਂ ਉਦੋਂ ਇਹ ਗੱਲ ਕਿਉਂ ਨਾ ਕੀਤੀ ਅਸੀਂ ਤੇ ਇਹ ਸਮਝਦੇ ਸੀ ਕਿ ਇਹ ਪਾਰਟੀ ਦਾ ਫੰਡ ਹੈ ਪਾਰਟੀ ਲਈ ਸਾਨੂੰ ਦੇ ਦੇਣਗੇ ਜਦੋਂ ਇਹ ਪਾਰਟੀ ਦਾ ਫੰਡ ਹੈ ਪਾਰਟੀ ਲਈ ਪਾਰਟੀ ਨੂੰ ਚਲਾਉਣ ਲਈ ਪੈਸਾ ਤੇ ਚਾਹੀਦਾ ਨਾ ਜੀ ਜਿਹੜੀਆਂ ਰੈਲੀਆਂ ਨੇ ਜਦੋਂ ਬੱਸਾਂ ਖੜਦੇ ਨੇ ਉਹ ਬੱਸਾਂ ਉਸ ਤੋਂ ਬਾਅਦ ਇਹ ਆਪ ਇਹ ਇਹ ਗੱਲ ਹੋ ਗਈ ਅਸੀਂ ਤੇ ਉਹਨਾਂ ਨੂੰ ਉਦੋਂ ਵੀ ਆਖਿਆ ਵੀ ਇਹ ਫੰਡ ਜਿਹੜੇ ਆ ਤੁਸੀਂ ਸਾਨੂੰ ਪਾਰਟੀ ਨੂੰ ਦੇ ਜਾਂਦੇ ਤੇ ਅਕਾਊਂਟ ਖਿਲਾ ਦਿਓ ਜਾਂ ਜਦੋਂ ਵੀ ਅਸੀਂ ਜ਼ਰੂਰਤ ਪੈਗੀ ਉਹ ਪੈਸੇ ਦੇ ਦਿਓ ਅਸੀਂ ਤੇ ਇਹੋ ਹੀ ਸਮਝਦੇ ਰਹੇ ਕਿ ਇਹਨਾਂ ਨੂੰ ਦੇ ਦਿੱਤੇ ਆ ਤੇ ਇਹਨਾਂ ਨੇ ਵਾਪਸਾਨੂੰ ਦੇ ਦੇਣਗੇ ਪਰ ਉਹਨਾਂ ਨੇ ਕੋਈ ਪੈਸਾ ਵਾਪਸ ਨਹੀਂ ਕੀਤਾ ਇਹਨਾਂ ਦੀ ਸਾਦਗੀ ਜਿਹੜੀ ਹੈ ਨਾ ਅਸੀਂ ਤੇ ਇਹਨਾਂ ਦੀ ਸਾਦਗੀ ਚੰਨ ਤੇ ਸਾਰੀਆਂ ਗੱਲਾਂ ਪਤਾ ਨਹੀਂ ਨਾ ਲੱਗਾ ਇਹ ਜਿਹੜਾ ਦਰਗੇਸ਼ ਪਾਟਕ ਏ ਉਹ ਅੱਜ ਤੋਂ 2 ਸਾਲ ਪਹਿਲੋਂ ਪੰਜਾਬ 'ਚ ਜਦੋਂ ਆਇਆ ਸਟ੍ਰਕਚਰ ਬਣਾਉਣ ਟਾਂਜਾ ਬਣਾਉਣ ਉਹ ਗਰਦਾਸਪੁਰ ਚ ਆਇਆ ਗਰਦਾਸਪੁਰ ਚ ਮੇਰੇ ਪਹਿਲੇ ਸੀ ਉਹ ਗਰਦਾਸਪੁਰ ਆਇਆ ਬੜਾ ਸਾਦਾ ਜਿਹਾ ਮੁੰਡਾ ਸੀ ਕੈਂਚੀ ਚੱਪਲ ਉਹਨੇ ਪਾਈ ਉਹਨਾਂ ਪੰਜ ਛੇ ਜਾਣੇ ਹੀ ਸਾਡੇ ਉੱਤੇ ਮੇਰੇ ਪਹਿਲੇ ਉਸੇ ਕਮਰੇ ਚ ਹੀ ਰਹੇ ਪੰਜ ਛੇ ਜਾਣੇ ਤੇ ਮੈਂ ਸਮਝਦਾ ਵੀ ਕਿੱਡੀ ਵੇਖੋ ਕਿੱਡਾ ਵਧੀਆ ਇਹਨੂੰ ਪਾਰਟੀ ਨੇ ਕਿੰਨਾ ਵੱਡਾ ਅਹੁਦਾ ਦਿੱਤਾ ਆਰਗੇਨਾਈਜੇਸ਼ਨ ਸਾਰੇ ਇੰਡੀਆ ਦੀ ਬਣਾ ਰਿਆ ਤੇ ਸਾਦਾ ਜਿਹਾ ਬੰਦਾ ਹੁਣ ਜਦੋਂ ਆਏ ਆਪਣੇ ਆਪੇ 2 ਮਹੀਨੇ ਪਹਿਲਾਂ ਜਦੋਂ ਮੈਨੀਫੈਸਟੋ ਇਹਨਾਂ ਨੇ ਯੂਥ ਦਾ ਅੰਮ੍ਰਿਤਸਰ ਜਾਰੀ ਕੀਤਾ ਉਹ ਆਪਣੇ ਸਮੁੱਚੇ ਜਿਹੜੀ ਉਹਦੀ ਟੀਮ ਸੀ ਉਹਦੇ ਨਾਲ ਰਹਿ ਕੇ 5 ਸਟਾਰ ਹੋਟਲ ਹੌਲੀਡੇ ਇਨ ਚ ਰਿਹਾ ਆ ਕੇ ਤੇ ਮੈਂ ਤੇ ਹੈਰਾਨ ਹੋ ਗਿਆ ਵੀ ਉਹ ਇਹ ਲੋਕਾਂ ਦਾ ਪੈਸਾ ਜਿਹੜਾ ਚੰਦੇ ਦੇ ਰੂਪ ਚ ਹੁੰਦਾ ਹੈ ਤੇ ਕਿਵੇਂ ਅਡਾਰੇ ਆ ਜਦੋਂ ਕਿ ਸਾਡੇ ਕੋਲ ਜਿਹੜਾ ਦਫਤਰ ਹੈ ਉਹਦੇ ਚ ਵੀ ਕਮਰੇ ਆ ਸੀ ਕੋਠੀ ਜਿੱਥੇ ਜਾਈ ਦਫਤਰ ਬਣਾਇਆ ਉਹਦੇ ਚ ਇਹ ਰੱਖਣ ਉੱਪਰ ਕਮਰੇ ਆ ਸੀ ਇਹਨਾਂ ਨੇ ਇੱਕ ਹੋਰ ਕੋਠੀ ਜਿਹੜੇ ਆ ਲੋਕਾਂ ਨਾਲ ਸੌਦੇ ਕਰਦੇ ਨੇ ਟਿਕਟਾ ਵੇਚਦੇ ਉਹ ਵੀ 4-5 ਮਹੀਨੇ ਇਹਨਾਂ ਨੇ ਪਹਿਲੋ ਇੱਕ ਕੋਠੀ ਅਮਰਸਰ ਨਿਊ ਚ ਲਈ ਹੈ ਉਹ ਵੀ ਕੋਠੀ ਸਾਰੀ ਖਾਲੀ ਉਹ ਚ 4-5 ਬੈਡਰੂਮ ਆ ਨੇ ਉਹ ਵੀ ਕੋਠੀ ਖਾਲੀ ਉਹਨੂੰ ਛੱਡ ਕੇ ਤੇ 5 ਸਟਾਰ ਹੋਟਲ ਚ ਰਿਆ ਲੋਕ ਜਿਹੜੇ ਕਿੰਨੀ ਮਿਹਨਤ ਨਾਲ ਆਪਣੇ ਪੈਸੇ ਇਹਨਾਂ ਨੂੰ ਦੇ ਰਹੇ ਨੇ ਪਰ ਇਹ ਆਪੋ ਨੇ ਆਯਾਸ਼ੀਆ ਚ ਤੇ ਆਪਣੇ ਐਸਓ ਪ੍ਰਸਤ ਜੋ ਪੈਸਾ ਡਾ ਰਹੇ ਨੇ ਇੱਕ ਬਾਜਵਾ ਜੀ ਇਹ ਗੱਲ ਦੱਸੋ ਕਿ ਕੇਜਰੀਵਾਲ ਖੁਰਾਣੇ ਹੁਣ ਤੱਕ ਦੋ ਮੈਨੀਫੈਸਟੋ ਜਾਰੀ ਕੀਤੇ ਆ ਇੱਕ ਜਵਾਨੀ ਦਾ ਤੇ ਦੂਜਾ ਕਿਸਾਨੀ ਦਾ ਹਾਂਜੀ ਕਿਸਾਨੀ ਵਾਲੇ ਦੇ ਵਿੱਚ ਉਹਨਾਂ ਨੇ ਕਿਸਾਨਾਂ ਨਾਲ ਵਾਅਦੇ ਬੜੇ ਕੀਤੇ ਆ ਹਾਂ ਤੁਸੀਂ ਕੀ ਮੰਨਦੇ ਹੋ ਕਿ ਜਿਹੜਾ ਇਹ ਮੈਨੀਫੈਸਟੋ ਜਾਰੀ ਕੀਤਾ ਹੈ ਜਾਂ ਇਸ ਤੋਂ ਪਿਛਲਾ ਜਿਹੜਾ ਕੀਤਾ ਸੀਗਾ ਇਹ ਹਵਾ ਦੇ ਵਿੱਚ ਹੀ ਆ ਜਾਂ ਫਿਰ ਇਹ ਸਾਰਾ ਕੁਝ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਰ ਸਕਦੀ ਹੈ ਕਿਉਂਕਿ ਤੁਸੀਂ ਕਿਹਾ ਕਿ ਅਸੀਂ ਕਿਸਾਨੀ ਨਾਲ ਵੀ ਜੁੜੇ ਆ ਅਸੀਂ ਪੰਜਾਬ ਦੇ ਮਾਹੌਲ ਨੂੰ ਜਾਣਦੇ ਆ ਇਹਨਾਂ ਮੈਨੀਫੈਸਟੋ ਬਾਰੇ ਕੀ ਕਹੋਗੇ ਵੇਖੋ ਜਿਹੜਾ ਨਾ ਆਪਣੇ ਯੂਥ ਦਾ ਮੈਨੀਫੈਸਟੋ ਉਹਦੇ ਵਿੱਚ ਮੈਂ ਇੱਕੋ ਹੀ ਤੁਹਾਨੂੰ ਗੱਲ ਕਰਨਾ 25 ਲੱਖ ਇਹਨਾਂ ਨੇ ਆਖਿਆ ਆਪਾਂ ਨੌਕਰੀਆਂ ਦੇ ਰਾਂਗੇ ਜਾਂ ਜਨਰੇਟ ਕਰਾਂਗੇ 25 ਲੱਖ ਕਿਸੇ ਲੈਵਲ ਤੇ ਵੀ ਇਹਨਾਂ ਕੋ ਨੌਕਰੀਆਂ ਦਿੱਤੀਆਂ ਨਹੀਂ ਜਾਣੀਆਂ ਕਿਉਂਕਿ ਸੈਂਟਰ ਚ ਸਰਕਾਰ ਜੇ ਜਨਰੇਟ ਵੀ ਕਰਨਗੇ ਤੇ ਕੋਈ ਇੰਡਸਟਰੀ ਲਿਆਉਣਗੇ ਕੋਈ ਵੱਡਾ ਇੱਥੇ ਪ੍ਰੋਜੈਕਟ ਆਉਣਗੇ ਸੈਂਟਰ ਤੋਂ ਕੋਈ ਇਹਨਾਂ ਨੂੰ ਪ੍ਰੋਜੈਕਟ ਨਹੀਂ ਦੇਣਾ ਇਹ ਸਾਰੀਆਂ ਗੱਲਾਂ ਹਵਾ ਜੇ 25 ਲੱਖ ਨੌਕਰੀਆਂ ਕਿੱਥੋਂ ਦੇ ਦੇਣਗੇ ਦੂਸਰਾ ਜਿਹੜਾ ਇਹਨਾਂ ਨੇ ਕੀਤਾ ਹੈ ਆਪਣੇ ਇਹਦਾ ਇਹ ਕਿਸਾਨਾਂ ਦਾ ਉਹਦੇ ਚ ਇਹਨਾਂ ਨੇ ਆਖਿਆ ਕਰਜ਼ਾ ਹੀ ਮਾਫ਼ ਜਿਹੜਾ ਹੈ ਇਹ ਇਹਨਾਂ ਦਾ ਕਰਦਾ ਕਿ ਕਿਸਾਨਾਂ ਦਾ ਸਾਰਾ ਕਰਜ਼ਾ ਹੀ ਬੈਂਕਾਂ ਦਾ ਮਾਫ਼ ਕਰਦਾਗੇ ਬੈਂਕ ਤੋਂ ਇਲਾਵਾ ਮੈਨ ਦਾ ਵੀ ਬੈਂਕ ਦਾ ਤੇ ਬਹੁਤ ਥੋੜਾ ਜਿਹੜਾ ਆਰਟ ਤਿਆ ਦਾ ਕਰਜ਼ਾ ਕਿਸਾਨਾਂ ਵਿਚਾਰੇ ਤੇ ਚੜਿਆ ਆਏ ਉਹ ਉਹ ਕੌਣ ਮਾਫ਼ ਕਰੇਗਾ ਐਸ ਵੇਲੇ ਜੇ ਸਭ ਤੋਂ ਮਾੜੀ ਹਾਲਤ ਹੈ ਤੇ ਕਿਸਾਨਾਂ ਦੀ ਹੈ ਕਿਸਾਨਾਂ ਦੀ ਇਹਨਾਂ ਦੇ ਨਵਜ ਪਛਾਨ ਕੇ ਵੀ ਪੰਜਾਬ ਚ ਕਿਸਾਨ ਖੁਦ ਕਚੀਆ ਕਰ ਰਿਹਾ ਕਿਸਾਨ ਨੂੰ ਜੇ ਸਭ ਤੋਂ ਵੱਧ 47 ਤੋਂ ਬਾਅਦ ਮਾਰ ਪਈ ਹੈ ਤੇ ਹੁਣ 5-7 ਸਾਲਾਂ ਚ ਪਈ ਹੈ ਇਹ ਸਿਰਫ ਕਿਸਾਨਾਂ ਦੀ ਵੋਟਾਂ ਲੈ ਕੇ ਕਰ ਰਹੇ ਨੇ ਮੈਂ ਅਮਰਸਰ ਚ ਜਦੋਂ ਜ਼ੋਨ ਚਾਰ ਜੀ ਕੇਜਰੀਵਾਲ ਪਿੱਛੇ ਜਦੋਂ ਤਰੀਕ ਭੁਗਤਨੀ ਆਏ ਨੇ ਇਹਨਾਂ ਨੇ ਉੱਥੇ ਸਾਰੀ ਇਹ ਟੀਮ ਪੰਜਾਬ ਦੀ ਵੀ ਸਟੇਟ ਦੀ ਵੀ ਤੇ ਲੋਕਲ ਲੀਡਰਸ਼ਿਪ ਵੀ ਜਿਹੜੀ ਪੰਜਾਬ ਦੀ ਤੇ ਸੈਂਟਰ ਦੀ ਬੇਟੀ ਉਹਦੇ ਚ ਇਹਨਾਂ ਨੇ ਆਖਿਆ ਕਿ ਪਾਣੀਆਂ ਦੇ ਮੁੱਦੇ ਦੀ ਗੱਲ ਹੋਈ ਤੇ ਇਹਨਾਂ ਨੇ ਆਖਿਆ ਪਾਣੀਆਂ ਦੇ ਮੁੱਦੇ ਤੇ ਆਪਾਂ ਕੋਈ ਹੋਰ ਕੰਮ ਨਹੀਂ ਕਰਨਾ ਸਿਰਫ ਸਿਆਸਤ ਕਰਨੀ ਹੈ ਇਹਨਾਂ ਨੂੰ ਪੰਜਾਬ ਦੇ ਨਾਲ ਕੋਈ ਹਿੱਤ ਨਹੀਂਗਾ ਕੋਈ ਗੱਲ ਨਹੀਂ ਇਹ ਕੇਜਰੀਵਾਲ ਜੀ ਨੇ ਆਪ ਸਾਰੀ ਲੀਡਰਸ਼ਿਪ ਦੇ ਸਾਹਮਣੇ ਆਖਿਆ ਸੋ ਇਹਨਾਂ ਨੂੰ ਇਹ ਜਿਹੜੇ ਮੈਨੀਫੈਸਟ ਜੋ ਵੀ ਇਹਨਾਂ ਨੇ ਮੈਨੀਫੈਸਟੋ ਰਿਲੀਜ਼ ਕੀਤਾ ਹੈ ਜੋ ਵੀ ਆਪਣੇ ਸਵਾਮੀ ਨਾਥਨਦੀਪ ਰਿਪੋਰਟ ਆਂਦੇ ਆ ਉਹ ਅਸੀਂ ਦੋ ਸਾਡੀ ਸਰਕਾਰ ਆਏਗੀ ਤੇ ਕਰਦਾ ਕਿ ਉਹ ਕਿਵੇਂ ਕਰ ਸਕਦੇ ਉਹ ਤੇ ਸੈਂਟਰ ਕਰੇਗਾ ਸਵਾਮੀ ਨਾਥ ਦੀ ਰਿਪੋਰਟ ਸਾਰੇ ਇੰਡੀਆ 'ਚ ਲਾਗੂ ਹੋਣੀ ਹੈ ਸੈਂਟਰ ਕਰੇਗਾ ਇਹ ਕਿਵੇਂ ਕਰ ਸਕਦੇ ਸਟੇਟ ਤੇ ਕਰ ਹੀ ਨਹੀਂ ਸਕਦਾ ਇਸ ਕਰਕੇ ਸਾਰੀਆਂ ਗੱਲਾਂ ਜਿਹੜੀਆਂ ਹਵਾਜ ਨੇ ਇਹ ਸਿਰਫ ਤੇ ਸਿਰਫ ਪੰਜਾਬ 'ਚ ਆਪਣੀ ਸਰਕਾਰ ਬਣਾਉਣਾ ਚਾਹੁੰਦੇ ਹਰ ਹਾਲ 'ਚ ਜੋ ਮਰਜ਼ੀ ਆਂਦੇ ਵੀ ਜਿਵੇਂ ਮਰਜ਼ੀ ਹੋਏ ਹਰ ਚੀਜ਼ ਜਿਹੜਾ ਮਰਜ਼ੀ ਢੰਗ ਤਰੀਕਾ ਮਾੜਾ ਚੰਗਾ ਇਹਨਾਂ ਨੂੰ ਅਪਣਾਉਣਾ ਇਹ ਪੰਜਾਬ ਚ ਸਰਕਾਰ ਬਣਾਉਣੀ ਚਾਹੁੰਦੇ ਆ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਪੰਜਾਬ ਦੇ ਲੋਕਾਂ ਨੂੰ ਅਗਲੇ 2 ਮਹੀਨਿਆਂ ਚ ਹਾਲਾਤ ਸ਼ਾਇਦ ਇਹੋ ਜਿਹੇ ਬਣ ਜਾਣ ਕਿ ਆਮ ਆਦਮੀ ਪਾਰਟੀ ਪੰਜਾਬ ਚ ਇਲੈਕਸ਼ਨ ਹੀ ਨਾ ਲੜੇ ਕਿਉਂਕਿ ਅਗਲੇ ਬੰਨੇ ਗੁਆ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਤਿੰਨ ਸਟੇਟਾਂ ਦੀ ਇਲੈਕਸ਼ਨ ਹੈ ਤਿੰਨਾ ਤੇ ਇਹਨਾਂ ਨੇ ਪੂਰਾ ਯੋਰ ਲਾ ਕੇ ਪੰਜਾਬ ਨੂੰ ਅਸੀਂ ਜਿੱਤ ਕੇ ਤੇ ਅਗਲੇ ਤਿੰਨੇ ਸਟੇਟਾਂ ਜਿੱਤਨੀਆਂ ਤੇ 2019 ਚ ਪ੍ਰਾਈਮ ਮਿੰਿਸਟਰ ਦੀ ਕੁਰਸੀ ਤੇ ਬੈਨ ਦਾ ਸੁਪਨਾ ਐ ਰਵਿੰਦਰ ਗੰਦੀਵਾ ਦਾ ਕੀ ਤੁਹਾਡੇ ਕੋਲੇ ਕੋਈ ਇਹੋ ਜਿਹਾ ਸਬੂਤ ਹੈਗੇ ਆ ਜਿਹੜੇ ਤੁਸੀਂ ਭਵਿੱਖ ਦੇ ਵਿੱਚ ਸਾਂਝੇ ਕਰੋਗੇ ਜਾਂ ਤੁਹਾਡੇ ਹੋਰ ਜਿਹੜੇ ਸਾਥੀ ਨੇ ਜਿਹੜੇ ਕਿ ਆਮ ਆਦਮੀ ਪਾਰਟੀ ਤੋਂ ਪਰੇ ਹੋ ਗਏ ਆ ਤੁਸੀਂ ਇਹਨੇ ਦਾਅਵੇ ਨਾਲ ਕਹਿੰਦੇ ਹੋ ਕਿ ਹੋ ਸਕਦਾ ਪੰਜਾਬ ਦੇ ਵਿੱਚ ਚੋਣਾ ਵੀ ਨਾ ਲੜੇ ਨਾ ਲੜੇ ਬਿਲਕੁਲ ਪਰ ਕੀ ਤੁਹਾਡੇ ਕੋਲੇ ਸਬੂਤ ਹੈ ਇਹੋ ਜਿਹੇ ਵੀ ਜਿਹੜਾ ਤੁਸੀਂ ਬਹੁਤ ਵੱਡਾ ਕੋਈ ਖੁਲਾਸਾ ਕਰਦੇ ਇਹ ਸਬੂਤ ਸਾਡੇ ਕੋਲ ਵੀ ਸਾਡੇ ਉਹਨਾਂ ਵਾਰੰਟੀਅਰ ਕੋਲ ਵੀ ਹੈ ਨੇ ਜਿਹੜੇ ਹੌਲੀ ਹੌਲੀ ਹੋਣ ਕਰਨਗੇ ਨਵੀਂ ਪਾਰਟੀ ਬਣ ਜਗੀ ਇਸ ਤੋਂ ਇਲਾਵਾ ਜਿਹੜੀਆਂ 100 ਟਿਕਟਾਂ 100 ਟਿਕਟਾਂ ਇਹਨਾਂ ਨੇ ਅਜੇ ਦੇਣੀਆਂ ਇਹਨਾਂ ਨੇ 20-20 ਬੰਦਿਆਂ ਨੂੰ ਇੱਕ-ਇੱਕ ਜਗ੍ਹਾ ਤੇ ਲਾਰੇ ਲਾਏ ਆ ਰਾਤ ਇਹਨਾਂ ਦੇ ਅਬਜ਼ਰਵਰ ਜਿਹੜੇ ਅਸਰ ਚ ਦਲਾਲੀ ਦਾ ਕੰਮ ਕਰਦੇ ਨੇ ਆਬਜ਼ਰਵਰ ਨਹੀਂਗੇ ਉਹ ਦਲਾਲ ਨੇ ਉਹੋ ਹੀ ਬੰਦੇ ਲੱਭਦੇ ਨੇ ਉਹ ਬੰਦੇ ਜਿਹੜੇ ਜਿਵੇਂ ਇਹਨਾਂ ਨੇ ਪ੍ਰੋਸੈਸ ਜਿਹੜਾ ਕੈਂਡੀਡੇਟ ਸਿਲੈਕਸ਼ਨ ਪ੍ਰੋਸੈਸ ਕੀਤਾ ਉਹ ਸਾਰਾ ਵੀ ਇੱਕ ਫਰਾਡ ਏ ਉਹ ਬੰਦੇ ਜਿਹੜੇ ਆ ਉਹ ਬੰਦਿਆ ਨੇ ਉਹਨਾਂ ਨੇ ਸ਼ਾਮ ਨੂੰ ਹੋਟਲਾਂ ਚ ਵੀ ਜਾਂਦੇ ਚੰਗਿਆ ਚ 20 20 ਬੰਦੇ ਇੱਕ ਇੱਕ ਜਗ੍ਹਾ ਕੀਤੇ ਆ ਉਹ ਜਦੋਂ ਇਹਨਾਂ ਨੂੰ ਟਿਕਟਾ 100 ਨੂੰ ਨਾ ਮਿਲੀ ਉਹਨਾਂ ਨੇ ਸਾਰਾ ਇਹਨਾਂ ਦਾ ਖਲਾਸਾ ਆਪੇ ਕਰ ਦੇਣਾ ਓਨ ਵੀ ਇਹ ਕੀ ਕਰਦੇ ਰਹੇ ਕੀ ਨਹੀਂ ਉਹ ਜਿਹੜੇ ਅਸਲ ਚ ਜਿਹੜਾ ਕੈਂਡੀਡੇਟ ਸਿਲੈਕਸ਼ਨ ਪ੍ਰੋਸੈਸ ਇਹਨਾਂ ਨੇ ਉਹ ਜਿਹੜੇ 52 ਦਲਾਲ ਮੈਂ ਉਹਨਾਂ ਨੂੰ ਕਹਾਂਗਾ ਉਹ ਵੀ ਸਾਰੇ ਪਹਿਲੋ ਕੈਂਡੀਡੇਟ ਲੱਭ ਲੈਂਦੇ ਨੇ ਜਿਵੇਂ ਮੈਂ ਤੁਹਾਨੂੰ ਅਮਰਸਾਦੀ ਮਿਸਾਲ ਦੇਣਾ ਉਹ ਕੈਂਡੀਡੇਟ ਪਹਿਲੋ ਲੱਭ ਲੈਂਦੇ ਵੀ ਆਹ ਬੰਦੇ ਆ ਹੀ ਕਰ ਲੈਨੇ ਉੱਤੇ ਇਹ ਦਰਗੇਸ਼ ਨੂੰ ਜਾਂ ਉੱਤੇ ਜਿਹੜੀ ਲੀਡਰਸ਼ਿਪ ਬੈਠੀ ਉਹਨਾਂ ਨੂੰ ਦੱਸ ਦਿੰਦੇ ਨੇ ਵੀ ਤੂੰ ਹੀ ਉੱਥੇ ਅਬਜ਼ਰਵਰ ਭੇਜੋ ਤੇ ਉਹ ਆਪਣੇ ਉਹ ਕੈਂਡੀਡੇਟ ਸਿਲੈਕਸ਼ਨ ਪ੍ਰੋਗਰਾਮ ਸ਼ੁਰੂ ਕਰਾਓ ਉਹ ਇੱਕ ਸਾਰਾ ਫਰਾਡ ਹੈ ਉਹ ਇਹ ਉਹ ਜਦੋਂ ਉੱਪਰੋਂ ਆਂਦੇ ਸਾਨੂੰ ਉਹ ਜ਼ੋਨ ਇੰਚਾਰਜ ਨੂੰ ਆਂਦੇ ਆ ਵੀ ਤੂੰ ਹੀ ਉੱਥੇ ਆ ਆ ਹਲਕੇ ਨੇ ਇਹਨਾਂ ਹਲਕੇ ਆ ਚਕ ਕੈਂਡੀਡੇਟ ਸਿਲੈਕਸ਼ਨ ਦਾ ਪ੍ਰੋਸੈਸ ਆ ਡੇਟ ਰੂਮ ਜੇ ਤੇ ਤੁਸੀਂ ਜਿਹੜੇ ਉਹ ਹਲਕੇ ਦੇ ਵਾਰੰਟੀਅਰ ਨੇ ਐਕਟਿਵ ਉਹਨਾਂ ਨੂੰ ਬੁਲਾ ਲਓ ਆਹੀ ਬੁਲਾ ਲੈਂਦੇ ਆ ਇਹਨਾਂ ਨੇ ਜਿਹੜਾ ਬੰਦਾ ਚੁਣਿਆ ਹੁੰਦਾ ਉਹਦਾ ਇੱਕ ਬੰਦੇ ਕੋਲ ਨਾਮ ਨੋਮੀਨੇਸ਼ਨ ਕਰਾ ਦਿੰਦੇ ਆ ਇੱਕ ਕਰੇ ਜਾਂ 100 ਬੰਦੇ ਦੀ ਕਰਨ ਇੱਕ ਬਰਾਬਰ ਹੀ ਐ ਤੇ ਉੱਤੇ ਜਾ ਕੇ 16 ਮੈਂਬਰੀ ਕਮੇਟੀ ਨੂੰ ਭੇਜ ਦਿੰਦੇ ਆ 16 ਮੈਂਬਰੀ ਕਮੇਟੀ ਵੀ ਇੱਕ ਫਰਾਡ ਏ 16 ਮੈਂਬਰੀ ਕਮੇਟੀ ਕੋਈ ਮਿਨਟਸ ਨਹੀਂ ਤਿਆਰ ਕਰਦੀ ਜਿਹੜੇ ਕੈਂਡੀਡੇਟ ਮੰਨ ਲਓ 20 ਬੰਦੇ ਚਲੇ ਗਏ ਇਹਨਾਂ ਨੇ ਉੱਥੋਂ ਕੈਂਡੀਡੇਟ ਉੱਥੋਂ ਜਿਹੜਾ ਆਬਜ਼ਰਵਰ ਆਇਆ ਉਹਨੇ 20 ਬੰਦਿਆਂ ਦੇ ਨਾਂ ਆ ਗਏ ਉੱਤੇ ਭੇਜ ਤੇ 20 ਆ ਬੰਦਿਆਂ ਨੂੰ ਅਗਲੇ ਦਿਨ ਆਂਦੇ ਵੀ ਤੂੰ ਇਹ ਆ ਫਾਰਮ ਭਰ ਕੇ ਦਓ ਆ ਸਾਰਾ ਉਹਦਾ ਸਾਰਾ ਡਾਟਾ ਉਹ ਬੰਦਾ 2-3 ਦਿਨ ਲੱਗਾ ਰਿੰਦਾ ਵਿਚਾਰਾ ਫਾਰਮ ਭਰਦੇ ਐਫੀਡਵਿਟ ਲਾਉਂਦੇ ਉਹ ਕੂੜੇ 'ਚ ਸੁੱਟ ਦਿੰਦੇ ਆ ਮੈਂ ਇਹਨਾਂ ਨੂੰ ਪੈਸ ਕਾਨਫਰੰਸ ਕਰਕੇ ਚੰਡੀ ਉਹਨਾਂ ਦੇ 16 ਮੈਂਬਰੀ ਕਮੇਟੀ ਤੇ ਪੰਜ ਮੈਂਬਰੀ ਕਮੇਟੀ ਜਿਹੜੀ ਉਹਦੇ ਮਿਨਟਸ ਜਾਰੀ ਕਰੇ ਜਨਤਕ ਕਰੇ ਉਹ ਮਿਨਟਸ ਕੋਈ ਇਹਨਾਂ ਨੇ ਮਿਨਟਸ ਨਹੀਂ ਬਣਾਏ ਮਿਨਟਸ ਬਣਨੇ ਚਾਹੀਦੇ ਇਹ ਵੀ ਜੇ 20 ਬੰਦੇ ਆ ਤੇ ਉਹਨਾਂ ਦੇ ਪੰਜ ਬੰਦੇ 16 ਮੈਂਬਰੀ ਕਮੇਟੀ ਨੇ ਗਾਹ ਭੇਜ ਨਹੀਂ ਉਹਨਾਂ ਦੇ ਮੈਰਿਟ ਦੇ ਹਿਸਾਬ ਨਾਲ ਉਹ ਬੰਦੇ ਜਾਂਦੇ ਅੱਗੋਂ ਜਿਹੜੀ ਪੰਜ ਮੈਂਬਰੀ ਉਹਨੇ ਸਕੇ ਉੱਤੇ ਪੋਲੀਟੀਕਲ ਫੇਅਰ ਕਮੇਟੀ ਨੂੰ ਭੇਜ ਨਹੀਂ ਨਾ ਉਹਨਾਂ ਨੇ ਮਿਨਟਸ ਬਣਾਏ ਨਾ ਉਹਨਾਂ ਨੇ ਉਹ ਬੰਦੇ ਦੇ ਪਹਿਲਾਂ ਚੁਣੇ ਹੁੰਦੇ ਆ ਉਹ ਤੇ ਸਿਰਫ ਬੇਵਕੂਫ ਬਣਾਉਂਦੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਗੱਲ ਕੀਤੀ ਹੈ ਕਿ ਛੋਟੇਪੁਰ ਹੋ ਸਲਾ ਕੀਤਾ ਜਾਊਗਾ ਉਹ ਇੱਕ ਵੱਖਰੇ ਫਰੰਟ ਦੇ ਨਾਲ ਜੁੜ ਸਕਦੇ ਆ ਇਹਦੀਆਂ ਕਈ ਤਰ੍ਹਾਂ ਦੀਆਂ ਖਬਰਾਂ ਆਈਆਂ ਜਿਵੇਂ ਤੁਸੀਂ ਕਹਿ ਰਹੇ ਹੋ ਸ਼ਾਇਦ ਤੁਸੀਂ ਵੀ ਉਧਰ ਜੁੜੋ ਜਿੱਥੇ ਉਹ ਜਾਣਗੇ ਪਰ ਸਵਾਲ ਇਹ ਪੈਦਾ ਹੁੰਦਾ ਹੈ ਲੋਕਾਂ ਦੇ ਮਨਾਂ ਦੇ ਵਿੱਚ ਕਿ ਕੀ ਤੁਹਾਡਾ ਇਹ ਫਰੰਟ ਭਵਿੱਖ ਦੇ ਵਿੱਚ ਜਿੱਤਣ ਦੀ ਸਮਰੱਥਾ ਦੇ ਵਿੱਚ ਹੋਏਗਾ ਜਾਂ ਫਿਰ ਸੱਤਾਧਾਰੀ ਤਿਰ ਜਾਂ ਜਿਹੜੀਆਂ ਹੋਰ ਰਵਾਇਤੀ ਪਾਰਟੀਆਂ ਉਹਨਾਂ ਦਾ ਫਾਇਦਾ ਕਰੇਗਾ ਤੇ ਤੁਸੀਂ ਹਰਾਉਣ ਦੀ ਸਮਰੱਥਾ ਦੇ ਵਿੱਚ ਹੋਵੋਗੇ ਜਾਂ ਜਿੱਤਣ ਦੀ ਅਸੀਂ ਪਿਛਲੇ ਸਮੇਂ ਤੋਂ ਕਾਂਗਰਸ ਅਕਾਲੀ ਦਲ ਭਾਜਪਾ ਦੇ ਖਿਲਾਫ ਬੋਲ ਰਹੇ ਆ ਕਿ ਇਹਨਾਂ ਨੇ ਪੰਜਾਬ ਦਾ ਸਤਿਆਨਾਸ਼ ਕਰਤਾ ਪਿਛਲੇ 20 ਸਾਲਾਂ ਦੇ ਰਾਜ 15 ਸਾਲ ਅਕਾਲੀਆਂ ਨੇ ਕੀਤਾ 5 ਸਾਲ ਕਾਂਗਰਸ ਨੇ ਕੀਤਾ ਅਸਲ ਜਿਹੜੀ ਪਿਕਚਰ ਹੈ ਲੋਕਾਂ ਨੂੰ ਦੱਸੀ ਹੈ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਪੰਜਾਬ ਚ ਭ੍ਰਿਸ਼ਟਾਚਾਰ ਮੁਕਤ ਨਸ਼ਾ ਮੁਕਤ ਬੇਰੁਜ਼ਗਾਰੀ ਮੁਕਤ ਦੇਗੀ ਆਮ ਆਦਮੀ ਪਾਰਟੀ ਤੇ ਹੁਣ ਨਕਸ਼ੇ ਤੋਂ ਉਲੋਪ ਹੋ ਜਾਣੀ ਕਿਉਂਕਿ ਉਹ ਆਪਣੇ ਸਾਰੇ ਗੱਲਾਂ ਤੋਂ ਥੇ ਰਗੀ ਅਸੀਂ ਜਿਹੜੀ ਨਵੀਂ ਪੰਜਾਬ ਚ ਇੱਕ 16 ਤੋਂ ਬਾਅਦ ਛੋਟੇਪਰ ਸਾਹਿਬ ਨਾਲ ਹੋਰ ਜਿਹੜੇ ਹਮ ਖਿਆਲੀ ਉਹ ਸੋਚਦੇ ਬੰਦੇ ਰੱਖਦੇ ਉਹਨਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਇੱਕ ਨਵੀਂ ਪਾਰਟੀ ਜਿਹੜੀ ਹੈ ਉਹ ਜ਼ਿਆਦਾਤਰ ਰਾਏ ਵਲੰਟੀਅਰ ਦੀ ਇਹੋ ਹੀ ਆਈ ਹੈ ਕਿ ਸਾਰਿਆਂ ਨੂੰ ਇਕੱਠੇ ਕਰਕੇ ਜਿਹੜਿਆ ਸਿੱਧੂ ਸਾਹਿਬ ਨੇ ਜਿਹੜੇ ਬੈਂਸਪਰਾ ਨੇ ਜਿਹੜੇ ਪ੍ਰਗਟ ਸਿੰਘ ਨੇ ਉਹਨੇ ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਪਲੇਟਫਾਰਮ ਤੇ ਆਪਾਂ ਇਕੱਠਾ ਕਰੀਏ ਤੇ ਇੱਕ ਨਵੀਂ ਪੰਜਾਬ ਨੂੰ ਇੱਕ ਨਵਾਂ ਪੰਜਾਬ ਉਹੋ ਹੀ ਪੰਜਾਬ ਜਿਹੜਾ ਪੰਜ ਦਰਿਆਵਾਂ ਦੀ ਵਾਲਾ ਪੰਜਾਬ ਗੁਰੂ ਆ ਪੀਰਾਂ ਦੀ ਧਰਤੀ ਵਾਲਾ ਪੰਜਾਬ ਜਿੱਥੇ ਨਸ਼ਾ ਮੁਕਤ ਬੇਰੁਜ਼ਗਾਰੀ ਮੁਕਤ ਪ੍ਰਸ਼ਟਾਚਾਰ ਮੁਕਤ ਪੰਜਾਬ ਹੋਵੇ ਉਹ ਅਸੀਂ ਰਾਜ ਦੇਣ ਦਾ ਪੰਜਾਬ ਦੇ ਲੋਕਾਂ ਨਾਲ ਪਹਿਲਾਂ ਵੀ ਵਾਅਦਾ ਕੀਤਾ ਸੀ ਉਹ ਹੀ ਪੰਜਾਬ ਦੇ ਲੋਕਾਂ ਨੂੰ ਅਸੀਂ ਦਵਾਗੇ ਤੁਹਾਡੇ ਸਾਹਮਣੇ ਆ ਜਦੋਂ ਸਾਹਮਣੇ ਸਾਫ ਸੁਥਰੇ ਚਿਹਰੇ ਆਉਣਗੇ ਸਾਫ ਸੁਥਰੇ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਤੇ ਪੰਜਾਬ ਦੇ ਲੋਕ ਬੜੇ ਸਿਆਣੇ ਨੇ ਜਦੋਂ ਸਾਰੇ ਹਿੰਦੁਸਤਾਨ ਚੋਂ ਆਮ ਆਦਮੀ ਪਾਰਟੀ ਦਾ ਕੋਈ ਐਮਪੀ ਨਹੀਂ ਜਿੱਤਿਆ ਤੇ ਪੰਜਾਬ ਦੇ ਲੋਕਾਂ ਨੇ ਚਾਰ ਐਮਪੀ ਜਿਤਾਤੇ ਸੀ ਇਸ ਕਰਕੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਸਹੀ ਫੈਸਲਾ ਲੈਣਗੇ ਅਸੀਂ ਆਂਦੇ ਆ ਕਿ ਆਉਣ ਵਾਲਾ ਜਿਹੜਾ ਪੁਖੇ ਪੰਜਾਬ ਦਾ ਉਹਦੇ ਚ ਚੰਗੇ ਬੰਦੇ ਆਉਣਗੇ ਤੇ ਪੰਜਾਬ ਦੇ ਜਿਹੜਾ ਚੌਥਾ ਫਰੰਟ ਬਣੇਗਾ ਉਹ ਹੀ ਪੰਜਾਬ ਚ ਆਉਣ ਵਾਲਾ ਰਾਜ ਕਰੇਗਾ 2017 ਦੀ ਇਲੈਕਸ਼ਨ ਚ ਜਿੱਤ ਪ੍ਰਾਪਤ ਕਰੇਗਾ ਜਾਂਦੇ ਜਾਂਦੇ ਪੰਜਾਬ ਦੇ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ ਪੰਜਾਬ ਦੇ ਵੋਟਰਾਂ ਨੂੰ ਅਸੀਂ ਆਮ ਆਦਮੀ ਪਾਰਟੀ ਲਈ ਕੰਮ ਕਰਦੇ ਰਹੇ ਅਸੀਂ ਪੰਜਾਬ ਦੇ ਲੋਕਲ ਵੋਟਰਾਂ ਨੂੰ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਹਰ ਗੱਲ ਅਸੀਂ ਆਮ ਆਦਮੀ ਕਾਂਗਰਸ ਅਕਾਲੀ ਦਲ ਭਾਜਪਾ ਦੇ ਪਾਰਟੀ ਦੀ ਅਸੀਂ ਪਹਿਲੋ ਤੁਹਾਨੂੰ ਦੱਸਦੇ ਰਹੇ ਆ ਅਸੀਂ ਆਮ ਆਦਮੀ ਪਾਰਟੀ ਦਾ ਜੋ ਅਸਲ ਚਿਹਰਾ ਹੈ ਉਹ ਤੁਹਾਨੂੰ ਦੱਸਦਾ ਹੈ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਕਿ ਇੱਕ ਵਾਰ ਤੁਸੀਂ ਪਿਛਲੇ 70 ਸਾਲਾਂ ਤੋਂ ਕਦੇ ਕਾਂਗਰਸ ਨੂੰ ਕਦੇ ਅਕਾਲੀ ਦਲ ਭਾਜਪਾ ਨੂੰ ਵੋਟਾਂ ਪਾਉਂਦੇ ਰਹੇ ਹੋ ਇੱਕ ਵਾਰ ਹੁਣ ਜਿਹੜਾ ਨਵਾਂ ਫਰੰਟ ਹੈ ਉਹਦੇ ਤੇ ਵਿਸ਼ਵਾਸ ਕਰਕੇ ਇੱਕ ਵਾਰ ਵੋਟਾਂ ਪਾ ਦਿਓ ਜੇ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਨਾਲ ਉਤਰੇ ਤੇ ਦੁਬਾਰਾ ਤੁਹਾਡੇ ਕੋਲ ਅਈ ਵੋਟ ਲੈਣੇ ਹੁੰਦੇ ਕੋਈ ਬੰਦਾ ਖੜਾ ਬਾਹ ਖੜੀ ਕਰਕੇ ਕਹਦੇ ਕਿ ਮੈਂ ਅੱਜ ਦੀ ਡੇਟ 'ਚ ਕਿਸੇ ਦਾ ਇੱਕ ਨਵੇਂ ਪੈਸੇ ਦਾ ਦੇਂਦਾਰ ਆ ਤੇ ਮੈਂ ਉਸੇ ਵੇਲੇ ਅਸਤੀਫਾ ਦੇਦਾਗਾ ਸੋ ਇਸ ਕਰਕੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਸਾਫ਼ ਸੁਥਰੇ ਬੰਦੇ ਲਿਆਓ ਅਸੀਂ ਕੋਈ ਟਿਕਟਾਂ ਕਰਕੇ ਨਹੀਂ ਆਏ ਮੈਂ ਤੇ ਉੱਥੇ ਉਹਨਾਂ ਨੇ ਜਦੋਂ ਆਪਣੇ ਅੰਮ੍ਰਿਤਸਰ ਚ ਉਹਨਾਂ ਨੇ ਮੈਨੂੰ ਆਖਿਆ ਈਸਤੂ ਲੱਲਾ ਆਮਾਦੀ ਪਾਰਟੀ ਨੇ ਈਸਤੂ ਲੱਲਾ ਬਟਾਲੇ ਤੋਂ ਲੱਲਾ ਜਿੱਥੋਂ ਮਰਜੀ ਤੋਂ ਲੈ ਕੇ ਲੱਲਾ ਪਰ ਸਾਡੇ ਨਾਲ ਹੈ ਸਾਡੇ ਨਾਲ ਸਾਥ ਮੈਂ ਉਹਨਾਂ ਨੂੰ ਆਖਿਆ ਬੜੀਆ ਛੋਟੀਆਂ ਗੱਲਾਂ ਹੈ ਅਸੀਂ ਪੰਜਾਬ ਦੇ ਲੋਕਾਂ ਨਾਲ ਖਲਵਾਰ ਨਹੀਂ ਕਰ ਸਕਦੇ ਅਸੀਂ ਪੰਜਾਬ ਦੇ ਲੋਕਾਂ ਨਾਲ ਧੋਖਾ ਨਹੀਂ ਕਰ ਸਕਦੇ ਜੇ ਸਾਨੂੰ ਤੁਹਾਡੇ ਬਾਰੇ ਆਮਾਦੀ ਪਾਰਟੀ ਬਾਰੇ ਅਸਲ ਚਿਹਰਾ ਤੁਹਾਡਾ ਪਤਾ ਨਾ ਲੱਗਦਾ ਤੇ ਫਿਰ ਤੇ ਸ਼ਾਇਦ ਸਾਡੇ ਕੋਲ ਗਲਤੀ ਹੋ ਜਾਂਦੀ ਪਰ ਹੁਣ ਜਦੋਂ ਅਸਲ ਚਿਹਰਾ ਪਤਾ ਲੱਗ ਗਿਆ ਅਸੀਂ ਪੰਜਾਬ ਦੇ ਲੋਕਾਂ ਨੂੰ ਤੁਹਾਡਾ ਸਲਟੀਰਾ ਦਸਾਗੇ ਇਹ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਉਹਨਾਂ ਨੇ ਵੋਟਾ ਕਿਨੂੰ ਪਾਉਣੀ ਆ ਜੀ ਬਾਜਵਾ ਸਾਹਿਬ ਤੁਸੀਂ ਸਟੂਡੀਓ ਦੇ ਵਿੱਚ ਆਏ ਤੇ ਗੱਲਾਂ ਬਾਤਾਂ ਕੀਤੀਆਂ ਨੇ ਕਈ ਤਰ੍ਹਾਂ ਦੇ ਦੋਸ਼ ਵੀ ਲਾਏ ਨੇ ਕਈ ਤਰ੍ਹਾਂ ਦੀਆਂ ਸੋਚਾਂ ਵੀ ਤੁਸੀਂ ਆਪਣੀਆਂ ਜ਼ਾਹਰ ਕੀਤੀਆਂ ਅਸੀਂ ਤੁਹਾਡੇ ਚੰਗੇ ਰਾਜਨੀਤਿਕ ਪੁਵਿੱਖ ਦੀ ਕਮਨਾ ਕਰਦੇ ਆ ਤੇ ਤੁਹਾਡਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਧੰਨਵਾਦ ਜੀ ਤੁਸੀਂ ਇੱਥੇ ਮੈਨੂੰ ਸਟੂਡੀਓ 'ਚ ਬੁਲਾ ਕੇ ਲੋਕਾਂ ਸਾਹਮਣੇ ਆਪਣੀ ਗੱਲ ਰੱਖਣ ਲਈ ਸਮਾਂ ਦਿੱਤਾ ਤੁਹਾਡਾ ਬਹੁਤ ਧੰਨਵਾਦ ਆ ਦੋਸਤੋ ਇਹ ਸਨ ਗੁਰਿੰਦਰ ਸਿੰਘ ਬਾਜਵਾ ਹੋਰੀ ਜਿਨ੍ਹਾਂ ਨੇ ਕਿ ਪਿਛਲੇ ਦਿਨੀ ਆਪਣੇ ਕਈ ਹੋਰ ਸਾਥੀਆਂ ਦੇ ਨਾਲ ਅੰਮ੍ਰਿਤਸਰ ਦੇ ਜ਼ੋਨ ਇੰਚਾਰਜ ਜੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਆਮ ਆਦਮੀ ਪਾਰਟੀ ਦੇ ਇਹ ਜ਼ੋਨ ਇੰਚਾਰਜ ਸਨ ਜਿਵੇਂ ਅਸੀਂ ਪਹਿਲਾਂ ਦੱਸਿਆ ਇਹਨਾਂ ਦੇ ਵੱਲੋਂ ਜਿਹੜੇ ਦੋਸ਼ ਲਗਾਏ ਗਏ ਨੇ ਇਹਨਾਂ ਦੇ ਉੱਤੇ ਤੁਸੀਂ ਵਿਚਾਰ ਆਪ ਕਰਨਾ ਇਹਨਾਂ ਦੇ ਵੱਲੋਂ ਜੋ ਵਿਚਾਰ ਪ੍ਰਗਟਾਏ ਗਏ ਨੇ ਉਹਨਾਂ ਦੇ ਨਾਲ ਤੁਸੀਂ ਸਹਿਮਤ ਹੋ ਜਾਂ ਨਹੀਂ ਸਹਿਮਤ ਇਹ ਤੁਹਾਡੇ ਆਪਣੇ ਵਿਚਾਰ ਨੇ ਇਹ ਤੁਸੀਂ ਆਪ ਸੋਚਣਾ ਕਿ ਕੀ ਹੋਣਾ ਚਾਹੀਦਾ ਭਵਿੱਖ ਦੇ ਵਿੱਚ ਕੀ ਨਹੀਂ ਹੋਣਾ ਚਾਹੀਦਾ ਉਮੀਦ ਹੈ ਤੁਹਾਨੂੰ ਇਹਨਾਂ ਦੇ ਨਾਲ ਕੀਤੀ ਗਈ ਗੱਲਬਾਤ ਤਰਕ ਦੇ ਆਧਾਰ ਦੇ ਉੱਤੇ ਪਸੰਦ ਆਈ ਹੋਵੇਗੀ ਹੁਣ ਦਿਓ ਆਗਿਆ ਤੁਹਾਡੀ ਬਹੁਤ ਬਹੁਤ ਮਿਹਰਬਾਨ